ਅੰਮ੍ਰਿਤਸਰ ਵਿੱਚ ਪਤੀ ਵੱਲੋਂ ਆਪਣੀ ਪਤਨੀ ਨੂੰ ਛੱਤ ਤੋਂ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਸਿਮਰਨ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ 7 ਜਨਮਾਂ ਤੱਕ ਸਾਥ ਦੇਣ ਦਾ ਵਾਅਦਾ ਕਰਨ ਵਾਲਾ ਉਸਦਾ ਪਤੀ ਉਸਦੀ ਜਾਨ ਦਾ ਦੁਸ਼ਮਣ ਬਣ ਜਾਵੇਗਾ ਅਤੇ ਦਾਜ ਲਈ ਉਸਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਨੇ ਦੱਸਿਆ ਕਿ 9 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਉਸ ਸਮੇਂ ਪਤੀ ਦੀ ਹੈਸੀਅਤ ਤੋਂ ਵੱਧ ਉਸਨੂੰ ਦਾਜ ਦਿੱਤਾ, ਪਰ ਨਿੱਤ ਨਵੀਆਂ ਡਿਮਾਂਡਾਂ ਨੂੰ ਲੈ ਕੇ ਪਤੀ ਅਕਸਰ ਹੀ ਝਗੜਾ ਕਰਦਾ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। ਕੱਲ੍ਹ ਜਦੋਂ ਉਹ ਛੱਤ 'ਤੇ ਸੁੱਕਣੇ ਪਏ ਕੱਪੜੇ ਲਾਹੁਣ ਗਈ ਤਾਂ ਪਿੱਛੋਂ ਉਸਦੇ ਪਤੀ ਨੇ ਧੱਕਾ ਦੇ ਕੇ ਉਸਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਇਸ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥੋੜ੍ਹਾ ਬਹੁਤ ਝਗੜਾ ਹੋਇਆ ਸੀ, ਇਸ ਤਰ੍ਹਾਂ ਉਹਨੇ ਧੱਕਾ ਮਾਰਤਾ ਮੈਨੂੰ 1.5 ਮੰਜ਼ਿਲ ਤੋਂ। ਭਾਈ ਮੈਂ ਕੱਪੜੇ ਲਾਉਣ ਗਈ ਹਾਂ ਕੋਠੇ 'ਤੇ, ਮੈਂ ਬੱਚੇ ਲੈ ਗਈ ਕੋਠੇ 'ਤੇ, ਮੈਂ ਚੱਲ ਮੈਂ ਆਪਣੇ ਬੱਚੇ ਲਏ ਨਾਲ ਹੀ ਕੋਠੇ 'ਤੇ ਨਹਾਉਣ, ਫਟਾਫਟ ਪੌੜੀਆਂ ਭੱਜ ਕੇ ਨਹਾਉਣ ਕੇ ਮੈਂ ਬਨੇਰੇ 'ਤੇ ਖਲੋਤੀ ਹਾਂ ਕੱਪੜੇ ਲਾਉਣ ਦੀ, ਧੱਕਾ ਮਾਰਿਆ ਆ ਕੇ ਜੋ ਥੱਲੇ ਸੁੱਟਤਾ ਭਾਜੀ ਮੈਨੂੰ ਇਹਨੇ। ਪਹਿਲੇ ਵੀ ਕਦੇ ਝਗੜਾ ਹੋਇਆ ਤੁਹਾਡਾ? ਹਾਂਜੀ ਹੋਇਆ ਸੀ, ਥੋੜ੍ਹੇ ਦਿਨ ਹੋਏ ਸੀ ਹੋਇਆ ਸੀ, ਮੈਂ ਚੱਲ ਕੋਈ ਗੱਲ ਨਹੀਂ ਘਰ ਦਾ ਵੀ ਕੋਈ ਮਸਲਾ ਕੋਈ ਗੱਲ ਨਹੀਂ। ਕਿੰਨੇ ਸਾਲ ਹੋ ਗਏ ਮਾਰੇ? 9 ਸਾਲ ਹੋ ਗਏ ਵਿਆਹ ਨੂੰ। ਗੱਲ ਪੂਰੀ ਹੁੰਦੀ ਹੈ ਇਹਦੇ ਬਾਰੇ? ਹੋਰ ਕੁਛ ਮਿੰਟ ਪਹਿਲਾਂ ਇਹਦੇ ਬਾਰੇ ਮੈਸੇਜ ਆਇਆ ਸੀ ਕਿ ਬੰਦੇ ਆਏ ਸੀਗੇ, ਦਰਖਾਸਤ ਉਹਨਾਂ ਨੇ ਦਿੱਤੀ ਹੈ, ਇਹ ਚੌਂਕੀ ਜੱਜ ਸ਼ਹੀਦ ਊਧਮ ਸਿੰਘ ਨਗਰ ਨੂੰ ਮਾਰ ਦਿੱਤੀ ਗਈ ਹੈ, ਉਹ ਉੱਥੇ ਜਾ ਕੇ ਹਾਲਾਤਾਂ ਮੁਤਾਬਕ ਜੋ ਵੀ ਕਰਾਵੀ ਬਣਦੀ ਹੈ ਉਹ ਅਮਲ 'ਚ ਲੈਂਦੀ ਹੈ। ਅੰਮ੍ਰਿਤਸਰ ਤੋਂ ਕੈਮਰਾਮੈਨ ਰਾਜੀਵ ਸ਼ਰਮਾ ਦੇ ਨਾਲ ਹਨੀ ਮਹਿਰਾ, ਜੀਵੇ ਪੰਜਾਬ TV।